ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਦਾ ਅੱਜ ਦੂਜਾ ਦਿਨ ਵੀ ਹੰਗਾਮੇ ਨਾਲ ਸ਼ੁਰੂ ਹੋਇਆ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਬੇਅਦਬੀ ਮਾਮਲਿਆਂ ਉੱਤੇ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ। ਇਸ ਦੌਰਾਨ ਸਪੀਕਰ ਵੱਲੋਂ ਮੰਗਲਵਾਰ ਨੂੰ ਇਸ ਰਿਪੋਰਟ ਉੱਤੇ 2 ਘੰਟੇ ਦੀ ਬਹਿਸ ਦਾ ਸਮਾਂ ਨਿਰਧਾਰਿਤ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਵਿਧਾਨ ਸਭਾ ਵਿੱਚ ਬਹਿਸ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ। ਦੱਸ ਦਈਏ ਕਿ ਜਿਵੇਂ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਤਾਂ ਅਕਾਲੀ ਦਲ ਨੇ ਸਦਨ ਵਿੱਚ ਵਾਕਆਊਟ ਕਰ ਲਿਆ। ਸਪੀਕਰ ਵੱਲੋਂ ਇਸ ਰਿਪੋਰਟ ਉੱਤੇ ਚਰਚਾ ਲਈ ਦਿੱਤੇ ਗਏ 2 ਘੰਟੇ ਦੇ ਸਮੇਂ ਨੂੰ ਘੱਟ ਦੱਸਦੇ ਹੋਏ ਸੁਖਪਾਲ ਖਹਿਰਾ ਨੇ ਇਹ ਸਮਾਂ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ, ਕਨਵਰ ਸੰਧੂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਧੜੱਲੇਦਾਰ ਆਗੂ ਸਿਮਰਜੀਤ ਸਿੰਘ ਬੈਂਸ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਪੰਜਾਬ ਦੇ ਕਈ ਭਖਦੇ ਅਤੇ ਲੋੜੀਂਦੇ ਮਾਮਲਿਆਂ ਉੱਤੇ ਬਹਿਸ ਕਰਨ ਲਈ ਸਮਾਂ ਨਾ ਦਿੱਤੇ ਜਾਣ ਉੱਤੇ ਰੋਸ ਪ੍ਰਗਟ ਕੀਤਾ। ਨਾਰੰਗ ਦੀ ਰਿਪੋਰਟ ਆਈ ਹੈ, ਪਿਛਲੇ ਸਦਨ ਦੇ ਵਿੱਚ ਅਖੀਰਲੇ ਦਿਨ ਚੋਰਾਂ ਵਾਂਗੂ ਟੇਬਲ ਕਰਕੇ ਉਹਦੇ ਤੇ ਕੋਈ ਬਹਿਸ ਨਹੀਂ ਹੋਣ ਦਿੱਤੀ, ਨਾ ਹੁਣ ਬਹਿਸ ਦੇਣ ਦਿੱਤੀ। ਤੀਸਰਾ, ਅੱਜ ਅਸੀਂ ਅਡਜਰਨਮੈਂਟ ਮੋਸ਼ਨ ਦਿੱਤਾ ਸੀ ਜਿਹੜਾ ਪੰਜਾਬ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲਣ ਵਾਸਤੇ ਯੂਨੈਨਿਮਸ ਮਤਾ ਪਾਸ ਕੀਤਾ ਇਸ ਸਦਨ ਨੇ, ਅਸੀਂ ਉਹਦੇ ਤੇ ਬਹਿਸ ਮੰਗੀ ਸੀਗੀ, ਸਾਡੀ ਉਸ ਬਹਿਸ ਨੂੰ ਰੱਦ ਕਰ ਦਿੱਤਾ। ਚੌਥਾ, ਦਲਿਤਾਨਾ ਅਤਿਆਚਾਰ ਪੰਜਾਬ ਦੇ ਵਿੱਚ, ਅੱਜ ਪਰਸੋਂ 25 ਤਰੀਕ ਨੂੰ ਭਗਤਾ ਭਾਈਕਾ ਰਾਮਪੁਰੇ ਫੂਲ ਦੇ ਵਿੱਚ ਜਸਬੀਰ ਕੌਰ, 2 ਦਲਿਤਾਂ ਨੂੰ ਬੇਰਹਿਮੀ ਦੇ ਨਾਲ ਪੁਲਿਸ ਨੇ ਕੁੱਟਿਆ, ਗੁੱਤੋਂ ਫੜਿਆ, ਗੁੱਤ ਮਰੋੜੀ, ਜਾ ਕੇ ਥਾਣੇ ਉਹ ਬੰਦਿਆਂ ਨੂੰ ਕੁੱਟਿਆ, ਉਹਨੂੰ ਉਂਗਲਾਂ ਹੱਥ ਭੰਨ ਦਿੱਤੇ ਔਰ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ। ਪੁਲਿਸ ਵਾਲੇ ਦੇ ਸ਼ੁੱਡ ਬੀ ਇਮੀਡੀਏਟਲੀ ਅਰੈਸਟਡ, ਸਸਪੈਂਡਡ, FIR ਦਰਜ ਔਰ ਉਹਦੇ ਵਿੱਚ ਉਹਨਾਂ ਨੂੰ ਇਨਸਾ ਔਰ ਜਿਹੜੇ ਸੁਪਰਡੈਂਡਿੰਗ ਅਫਸਰ ਨੇ, ਜਲਾ ਇੱਕ ASI ਜਾਂ ਕੋਈ SHO ਨਾਲ ਨਹੀਂ, ਜਿਹੜਾ ਉਸ ਥਾਣੇ ਦਾ ਜਿਹੜਾ ਇੰਚਾਰਜ ਆ, ਜਿਹੜਾ ਸੁਪਰਵਾਈਜ਼ਰੀ ਅਫਸਰ ਆ, DSP, ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਇਹ 4 ਭਖਦੇ ਮਸਲਿਆਂ 'ਤੇ ਅੱਜ ਪੰਜਾਬ ਦੀ ਵਿਧਾਨ ਸਭਾ ਨੇ, ਕਿਉਂਕਿ ਇਹ ਖਤਮ ਕਰ ਦੇਣਾ ਚਾਹੁੰਦੇ ਨੇ ਇਸ ਸਦਨ ਦੀ ਪਵਿੱਤਰਤਾ ਨੂੰ। ਇਹਨਾਂ ਨੇ ਨਾ ਅੱਜ ਕਿਸਾਨਾਂ ਦੀ, ਖੇਤ ਮਜ਼ਦੂਰਾਂ ਦੀ ਆਤਮਹੱਤਿਆ ਦੀ ਰਿਪੋਰਟ ਇਸੇ ਸਦਨ ਦੀ ਰਿਪੋਰਟ, ਨਾ ਉਹਦੇ 'ਤੇ ਬਹਿਸ ਹੋਣ ਦਿੱਤੀ ਆ, ਨਾ ਜਸਟਿਸ ਨਾਰੰਗ ਦੀ ਰਿਪੋਰਟ ਜਿਹਦੇ 5 ਕਰੋੜ ਰੁਪਈਆ ਰਾਣੇ ਗੁਰਜੀਤ ਨੂੰ ਇੱਕ ਕਰਪਟ ਠੇਕੇਦਾਰ ਗੁਰਿੰਦਰ ਸਿੰਘ ਨੇ ਆਪਣੇ ਅਕਾਊਂਟ 'ਚੋਂ ਡਾਇਰੈਕਟ ਟ੍ਰਾਂਸਫਰ ਕੀਤਾ, ਉਹਦੇ 'ਤੇ ਕੋਈ ਕ੍ਰਿਮੀਨਲ ਐਕਸ਼ਨ ਨਹੀਂ ਲਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਬੈਂਸ ਬ੍ਰਦਰਸ ਨੇ ਔਰ ਅਸੀਂ ਸਾਰਿਆਂ ਨੇ ਉਠਾਇਆ ਸੀਗਾ ਕਿ 16 ਨਵੰਬਰ 2016 ਨੂੰ ਇੱਕ ਯੂਨੈਨਿਮਸ ਮਤਾ ਪੰਜਾਬ ਦੇ ਪਾਣੀਆਂ ਦਾ 16 ਲੱਖ ਕਰੋੜ ਦਾ ਬਿੱਲ ਆਊਟਸਟੈਂਡਿੰਗ ਆ ਰਾਜਸਥਾਨ ਦੇ ਵੱਲ, ਨਾ ਉਹਦੀ ਕੋਈ ਵਸੂਲੀ, ਨਾ ਉਹਦਾ ਕੋਈ ਬਿੱਲ, ਨਾ ਹਰਿਆਣੇ ਨੂੰ ਬਿੱਲ, ਨਾ ਦਿੱਲੀ ਨੂੰ ਬਿੱਲ। ਕਿੱਦਾਂ ਦਾ ਸਦਨ ਆ ਜਿਹੜੇ ਆਪਣੇ ਕੀਤੇ ਮਤਿਆਂ ਨੂੰ ਪਾਸ ਕਰਕੇ ਆਪ ਹੀ ਉਸ ਦੇ ਉੱਤੇ ਬੈਠ ਜਾਂਦੇ ਨੇ, ਉਸ ਠੰਡੇ ਬਸਤੇ 'ਚ ਪਾ ਦਿੰਦੇ ਨੇ। ਇਸ ਲਈ ਅਸੀਂ ਇਹ ਸਾਰੀਆਂ ਗੱਲਾਂ ਦੇ ਉੱਤੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਇਆ ਔਰ ਅਸੀਂ ਮੰਗ ਕਰਾਂਗੇ ਕਿ ਇਹ ਸੈਸ਼ਨ 1 ਹਫ਼ਤਾ ਘੱਟੋ ਘੱਟ ਵਧਾ ਕੇ ਇਹਨਾਂ ਸਾਰੀਆਂ ਇਸ਼ੂਜ਼ ਉੱਤੇ ਬਹਿਸ ਕਰਾਈ। ਔਰ ਕਿੰਨੀ ਅਫਸੋਸ ਦੀ ਗੱਲ ਹੈ ਵੀ ਸਦਨ ਦੇ ਜਿਹੜੇ ਆਪਣੇ ਮਤੇ, ਆਪਣੀਆਂ ਕਮੇਟੀਆਂ, ਉਹਨਾਂ ਦੀ ਰਿਪੋਰਟ ਹੀ ਡਿਸਕਸ ਨਹੀਂ ਹੁੰਦੀ, ਆਪਣੀ ਮਾਨ ਮਰਿਆਦਾ ਨੂੰ ਇਹ ਆਪ ਹੀ ਸਦਨ ਜਿਹੜਾ ਵਾ ਇਹ ਭੰਗ ਕਰ ਰਿਹਾ ਵਾ ਜੋ ਹੋ ਰਿਹਾ ਵਾ ਇੱਥੇ। ਆਪਣੀ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਾਣੀਆਂ ਦੇ ਰਖਵਾਲੇ ਬਣਦੇ ਸੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ 'ਤੇ, ਅਸੀਂ ਆ ਸਾਰੇ MLA ਧਰਨੇ 'ਤੇ ਬੈਠੇ ਅਤੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਮੀਟਿੰਗ ਦੇ ਵਿੱਚ ਕਨਵਿੰਸ ਹੋਏ ਕਿ ਹਾਂ ਰਾਜਸਥਾਨ ਨੂੰ ਅਸੀਂ ਤੁਰੰਤ, ਤੁਹਾਡਾ ਜਿਹੜਾ AG ਨੂੰ ਫੋਨ ਲਾ ਲਿਆ ਵੀ ਹਾਂ ਇਸ਼ੂ ਚੱਕਦੇ ਹਾਂ ਅਤੇ ਰਾਜਸਥਾਨ ਨੂੰ ਬਿੱਲ ਭੇਜਦੇ ਹਾਂ, ਦਿੱਲੀ ਹਰਿਆਣੇ ਨੂੰ ਭੇਜਦੇ ਹਾਂ, ਅੱਜ ਤੱਕ ਬਿੱਲ ਨਹੀਂ ਭੇਜਿਆ। ਕਿੱਥੋਂ ਅਸੀਂ ਜਿਹੜਾ ਕਰਜ਼ਾ ਪੰਡ ਹੈਗੀ ਪੰਜਾਬ ਦੇ ਸਿਰ ਉੱਤੇ, ਕਿਸਾਨੀ ਦੇ ਸਿਰ ਉੱਤੇ, ਸਾਡੇ ਕੋਲ ਸੋਰਸ ਆਫ ਇਨਕਮ ਕੀ ਹੈ? ਅਤੇ ਜੇ ਅਸੀਂ ਕਹਿੰਦੇ ਹਾਂ ਕਿ ਅਡਜਰਨਮੈਂਟ ਮੋਸ਼ਨ ਦਿੱਤਾ, ਤੁਸੀਂ ਕਮ ਸੇ ਕਮ ਪਾਸ ਹੋ ਚੁੱਕਿਆ 16 ਨਵੰਬਰ 2016 ਨੂੰ, ਕਿਉਂ ਨਹੀਂ ਤੁਰਦੇ? ਫੋਟੋ ਸਟੇਟ ਦਾ ਇੱਕ ਕਾਗਜ਼ ਹਰਿਆਣੇ, ਦਿੱਲੀ ਅਤੇ ਰਾਜਸਥਾਨ ਵਾਲਿਆਂ ਨੂੰ 16 ਲੱਖ ਕਰੋੜ ਰੁਪਈਆ ਇਕੱਲਾ ਰਾਜਸਥਾਨ ਤੋਂ ਲੈਣਾ, ਸੋਰਸ ਆਫ ਇਨਕਮ ਜਾਂ ਇੱਦਾਂ ਕਰਨ ਕੈਪਟਨ ਅਮਰਿੰਦਰ ਸਿੰਘ
ਦਿਖਾਉਣ ਕਿਸੇ ਕੋਲੋਂ ਲੋਹਾ ਫ੍ਰੀ 'ਚ ਲੈ ਕੇ, ਕੋਲਾ ਫ੍ਰੀ ਦੇ ਵਿੱਚ ਲੈ ਕੇ, ਸਾਗਵਾਨ ਦੀ ਲੱਕੜ ਫ੍ਰੀ 'ਚੋਂ ਲੈ ਕੇ, ਰਾਜਸਥਾਨ ਕੋਲੋਂ ਮਾਰਬਲ ਫ੍ਰੀ 'ਚ ਲੈ ਕੇ ਦਿਖਾਉਣ, ਅਤੇ ਸਾਡੇ ਕੋਲ ਕੁਦਰਤ ਦਾ ਖਜ਼ਾਨਾ ਕੀ ਆ? ਪਾਣੀ, ਅਤੇ ਪਾਣੀ ਦੋਸਤੋ ਲੁੱਟ ਹੋ ਰਿਹਾ। ਸੋ ਇਸ ਕਰਕੇ ਅੱਜ ਅਸੀਂ ਸਾਰੇ ਇਸ਼ੂਆਂ ਨੂੰ ਲੈ ਕੇ ਵਾਕਆਊਟ ਕੀਤਾ। ਅਸੀਂ ਸਰਕਾਰ ਨੂੰ ਪਾਣੀਆਂ ਦੀ ਕੀਮਤ ਵਾਸਤੇ ਮਨਾ ਕੇ ਹਟਾਂਗੇ ਹਰ ਸੈਸ਼ਨ ਦੇ ਵਿੱਚ। ਅਸੀਂ ਹਰ ਸੈਸ਼ਨ ਦੇ ਵਿੱਚ ਪਾਣੀਆਂ ਦਾ ਇਸ਼ੂ, ਜਿਹੜਾ ਪੰਜਾਬ ਦਾ ਬੜਾ ਅਹਿਮ ਮੁੱਦਾ, ਉਹਨੂੰ ਸਰਕਾਰ ਤੱਕ ਮਨਾਉਣ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ।